ਦੋਸਤੋ ਵੈਲਕਮ ਟੂ ਦ ਵੀਡੀਓ ਮੁਰਗੀ ਪਹਿਲਾਂ ਆਈ ਕਿ ਅੰਡਾ ਪਹਿਲਾਂ ਆਇਆ ਇਹ ਸਵਾਲ ਕੁਝ ਇਸ ਤਰੀਕੇ ਨਾਲ ਕੀਤਾ ਜਾਂਦਾ ਜਿਵੇਂ ਕਿ ਇੱਕ ਇਦਾਂ ਦੀ ਚੁਣੌਤੀ ਹੋਵੇ ਜਿਸ ਤੋਂ ਜਿੱਤਿਆ ਨਹੀਂ ਜਾ ਸਕਦਾ ਇਦਾਂ ਕੀਤਾ ਜਾਂਦਾ ਜਿਵੇਂ ਕਿ ਇਸ ਸਵਾਲ ਦਾ ਕੋਈ ਜਵਾਬ ਐਗਜ਼ਿਸਟ ਹੀ ਨਹੀਂ ਕਰਦਾ ਇਹ ਗੱਲ ਝੂਠ ਹੈ ਇਸ ਸਵਾਲ ਦਾ ਇੱਕ ਜਵਾਬ ਹੈਗਾ ਹਾਲਕੀ ਬਿਲਕੁਲ ਸਮਝ ਆਉਂਦਾ ਹੈ ਕਿ ਇਦਾਂ ਕਿਉਂ ਮੰਨਿਆ ਜਾਂਦਾ ਹੈ ਕਿ ਇਸ ਸਵਾਲ ਦਾ ਕੋਈ ਜਵਾਬ ਨਹੀਂ ਕਿਉਂਕਿ ਜੇ ਜਵਾਬ ਇਹ ਦੇਈਏ ਕਿ ਅੰਡਾ ਪਹਿਲਾਂ ਆਇਆ ਤਾਂ ਸਵਾਲ ਇਹ ਆਉ ਜਾਂਦਾ ਹੈ ਕਿ ਅੰਡਾ ਕਿੱਥੋਂ ਆਇਆ ਮੁਰਗੀ ਤੋਂ ਆਇਆ ਤੇ ਜੇ ਜਵਾਬ ਇਹ ਦੇਤੀਏ ਕਿ ਮੁਰਗੀ ਪਹਿਲਾਂ ਆਈ ਤਾਂ ਫਿਰ ਸਵਾਲ ਇਹ ਬਣ ਜਾਂਦਾ ਹੈ ਕਿ ਮੁਰਗੀ ਕਿੱਥੋਂ ਆਈ ਅੰਡੇ ਤੋਂ ਆਈ ਤੇ ਇਦਾਂ ਲੱਗਦਾ ਹੈ ਕਿ ਇੱਕ ਕਦੇ ਨਾ ਖਤਮ ਹੋਣ ਵਾਲਾ ਲੂਪ ਇੱਕ ਸਰਕਲ ਬਣਿਆ ਹੋਇਆ ਹੈ ਜਿਸ ਦਾ ਕੋਈ ਤੋੜ ਨਹੀਂ ਇਹਦਾ ਇੱਕ ਤੋੜ ਹੈਗਾ ਇਹਦੇ ਲਈ ਪਹਿਲੀ ਚੀਜ਼ ਤੁਹਾਨੂੰ ਇਹ ਸਮਝਣੀ ਪਊਗੀ ਕਿ ਮੁਰਗੀ ਜਦੋਂ ਅਸੀਂ ਕਿਸੇ ਜਾਨਵਰ ਨੂੰ ਕਹਿੰਦੇ ਆ ਤਾਂ ਉਹਦੇ ਕੁਝ ਖਾਸ ਗੁਣ ਹੁੰਦੇ ਆ ਜੋ ਉਹਨੂੰ ਮੁਰਗੀ ਬਣਾਉਂਦੇ ਆ। ਉਦਾਹਰਨ ਦੇ ਤੌਰ ਤੇ ਮੰਨ ਲਓ ਤੁਸੀਂ ਕਿਦਾਂ ਦਾ ਜਾਨਵਰ ਦੇਖੋ ਜ ਜਿਹਦੀਆਂ ਲੱਤਾਂ ਨਾ ਹੋਣ, ਜਿਹਦੇ ਫਰ ਨਾ ਹੋਣ, ਠੀਕ ਹੈ? ਜਿਹਦੀਆਂ ਚਾਰ ਲੱਤਾਂ ਹੋਣ, ਲੇਕਿਨ ਬਾਕੀ ਸਭ ਕੁਝ ਮੁਰਗੀ ਵਰਗਾ ਹੋਵੇ ਤੇ ਚੁੰਝ ਨਾ ਹੋਵੇ, ਉਹਦੀ ਥਾਂ ਤੇ ਜਿਵੇਂ ਕੁੱਤੇ ਦਾ ਮੂੰਹ ਲੱਗਿਆ ਹੁੰਦਾ ਉਹ ਲੱਗਿਆ ਹੋਵੇ। ਕੀ ਤੁਸੀਂ ਉਹਨੂੰ ਮੁਰਗੀ ਕਹੋਗੇ? ਨਹੀਂ। ਤਾ ਕੁਝ ਖਾਸ ਗੁਣ ਹੈ ਜੋ ਮੁਰਗੀ ਨੂੰ ਮੁਰਗੀ ਬਣਾਉਂਦੇ ਆ ਇਹ ਜਿਹੜੇ ਖਾਸ ਗੁਣ ਹੈ ਵਿਗਿਆਨਕਾਂ ਨੇ ਕੁਆਲੀਫਾਈ ਵੀ ਕੀਤੇ ਹੋਏ ਆ ਤਾਂ ਮੁਰਗੀ ਦੀ ਇੱਕ ਖਾਸ ਡੈਫੀਨੀਸ਼ਨ ਹੈ ਹੁਣ ਮੈਂ ਇਹ ਗੱਲ ਕਿਉਂ ਕਰ ਰਿਹਾ ਤੁਹਾਨੂੰ ਬਹੁਤ ਜਲਦੀ ਸਮਝ ਆਊਗੀ ਪਹਿਲਾਂ ਤੁਹਾਨੂੰ ਇਹ ਸਮਝਣਾ ਪਊਗਾ ਕਿ ਮੁਰਗੀ ਦੀ ਉਤਪਤੀ ਹੋਈ ਕਿਦਾਂ ਮੁਰਗੀ ਇੱਕ ਡੋਮੈਸਟਿਕੇਟਡ ਜਾਨਵਰ ਹੈ ਬਿਲਕੁਲ ਜਿਵੇਂ ਕੁੱਤੇ ਡੋਮੈਸਟਿਕੇਟਡ ਨੇ ਭੇੜੀਏ ਜਿਹੜੇ ਜੰਗਲਾ ਚ ਘੁੰਮ ਰਹੇ ਉਹਨਾਂ ਭੇੜੀਆਂ ਵਿੱਚੋਂ ਹੀ ਕੁਝ ਭੇੜੀਏ ਜਿਹੜੇ ਸੀ ਉਹ ਇਨਸਾਨਾਂ ਦੇ ਕਰੀਬ ਰਹਿਣ ਲੱਗੇ ਤੇ ਹੌਲੀ ਹੌਲੀ ਕਰਕੇ ਡੋਮੈਸਟਿਕੇਟ ਹੋ ਗਏ ਡੋਮੈਸਟਿਕੇਟ ਹੋਣ ਤੋਂ ਬਾਅਦ ਉਹੀ ਭੇੜੀਏ ਜਿਹੜੇ ਸੀ ਪੀੜੀ ਦਰ ਪੀੜੀ ਕਈ ਪੀੜੀਆਂ ਚ ਜਾ ਕੇ ਤਬਦੀਲ ਹੋ ਗਏ ਉਹਨਾਂ ਚ ਜਿਨ੍ਹਾਂ ਨੂੰ ਅੱਜ ਅਸੀਂ ਕੁੱਤਿਆਂ ਦੇ ਤੌਰ ਤੇ ਜਾਣਦੇ ਹਾਂ ਬਿਲਕੁਲ ਇਸੇ ਤਰ੍ਹਾਂ ਅੱਜ ਕੱਲ ਦੇ ਜਿਹੜੇ ਮੁਰਗੇ ਮੁਰਗੀਆਂ ਇਹ ਵੀ ਡੋਮੈਸਟਿਕੇਟਡ ਐਨੀਮਲਸ ਨੇ ਇੱਕ ਜਾਨਵਰ ਹੈ ਜੋ ਅੱਜਕਲ ਵੀ ਜੰਗਲਾਂ 'ਚ ਪਾਇਆ ਜਾਂਦਾ ਹੈ ਉਸੇ ਹੀ ਜਾਨਵਰਾਂ ਤੋਂ ਮੁਰਗੀਆਂ ਦੀ ਉਤਪਤੀ ਹੋਈ ਜਿਹਨੂੰ ਕਿਹਾ ਜਾਂਦਾ ਹੈ ਜੰਗਲ ਫਾਊਲ ਜੇ ਮੈਂ ਤੁਹਾਨੂੰ ਜੰਗਲ ਫਾਊਲ ਦੀ ਤਸਵੀਰ ਦਿਖਾਉਂਗਾ ਤਾਂ ਤੁਸੀਂ ਦੇਖ ਕੇ ਕਹੋਗੇ ਤਾਂ ਆਪਣੇ ਪਿੰਡਾਂ ਵਾਲਾ ਕੁੱਕੜ ਹੀ ਹੈ ਮਾਫੀ ਚਾਹੂੰਗਾ ਦਿਖਣ ਵਿੱਚ ਪਿੰਡਾਂ ਵਾਲੇ ਕੁੱਕੜ ਵਰਗਾ ਹੈ ਬੱਟ ਗਲਤੀ ਨਾਲ ਵੀ ਇਹਨੂੰ ਪਾਲਣ ਦੀ ਕੋਸ਼ਿਸ਼ ਨਾ ਕਰ ਲਿਓ ਕਿਉਂਕਿ ਇਹ ਪਾਲੇ ਨਹੀਂ ਜਾ ਸਕਦੇ ਜੰਗਲੀ ਜਾਨਵਰ ਨੇ ਤਾਂ ਇਹ ਜਿਹੜਾ ਜੰਗਲ ਫਾਊਲ ਹੈ ਇਹਨੂੰ ਮੁਰਗੇ ਦੀ ਕੈਟਾਗਰੀ 'ਚ ਜਿਹਨੂੰ ਅਸੀਂ ਚਿਕਨ ਕਹਿੰਦੇ ਆ ਉਹਦੀ ਕੈਟਾਗਰੀ 'ਚ ਨਹੀਂ ਮੰਨਿਆ ਜਾਂਦਾ ਤਾਂ ਕਦੇ ਨਾ ਕਦੇ ਔਰ ਇਸ ਤੇ ਕਦੇ ਨਾ ਕਦੇ ਦਾ ਅੰਦਾਜ਼ਾ ਵੀ ਸਾਨੂੰ ਹੈ ਕਦੋਂ ਹੈ ਲਗਭਗ 10000 ਸਾਲ ਪਹਿਲਾਂ 12000 ਸਾਲ ਪਹਿਲਾਂ ਇਨਸਾਨਾਂ ਨੇ ਖੇਤੀ ਦੀ ਸ਼ੁਰੂਆਤ ਕੀਤੀ ਉਸੇ ਦੌਰਾਨ ਡੋਮੈਸਟੀਕੇਸ਼ਨ ਦਾ ਪ੍ਰੋਸੈਸ ਸਟਾਰਟ ਹੋਇਆ ਤੇ ਵਿਗਿਆਨਿਕਾ ਦਾ ਅਨੁਮਾਨ ਹੈ ਲਗਭਗ 10000 ਸਾਲ ਪਹਿਲਾਂ ਜੰਗਲ ਫਾਊਲ ਜਿਹੜੇ ਸੀ ਉਹਨਾਂ ਦੀ ਡੋਮੈਸਟੀਕੇਸ਼ਨ ਸ਼ੁਰੂ ਹੋਈ ਤਾਂ ਡੋਮੈਸਟੀਕੇਸ਼ਨ ਕਿੱਦਾਂ ਹੁੰਦੀ ਹੈ ਇਹਨੂੰ ਸਮਝ ਲਓ ਤਾਂ ਉਸ ਸਮੇਂ ਦੇ ਜੋ ਵੀ ਕਿਸਾਨ ਸੀ ਜੋ ਜੰਗਲਾਂ 'ਚ ਰਹਿੰਦੇ ਸੀ ਉਹਨੂੰ ਕਿਸਾਨ ਕਹਿ ਲਓ ਹੰਟਰ ਕਹਿ ਲਓ ਜੋ ਵੀ ਕਹਿ ਲਓ ਉਹਨਾਂ ਨੂੰ ਜਦੋਂ ਕੋਈ ਇਦਾਂ ਦਾ ਜੰਗਲ ਫਾਊਲ ਮਿਲਦਾ ਸੀ ਜੋ ਐਗਰੈਸਿਵ ਘੱਟ ਸੀ ਜੋ ਲੜਾਕਾ ਘੱਟ ਸੀਗਾ ਠੀਕ ਹੈ ਜੋ ਹਮਲੇ ਘੱਟ ਕਰਦਾ ਸੀ ਤਾਂ ਉਹਨੂੰ ਆਪਣੇ ਨਾਲ ਰੱਖ ਲੈਂਦੇ ਸੀ ਤੇ ਜਦੋਂ ਇਦਾਂ ਦਾ ਮੇਲ ਫੀਮੇਲ ਜੋ ਜੰਗਲ ਫਾਊਲ ਇਕੱਠੇ ਹੁੰਦੇ ਸੀ ਤੇ ਉਹਨਾਂ ਦੇ ਬੱਚੇ ਪੈਦਾ ਹੁੰਦੇ ਸੀ ਉਹ ਘੱਟ ਲੜਾਕੇ ਸੀ ਉਹਨਾਂ ਬੱਚਿਆਂ 'ਚੋਂ ਜਿਹੜੇ ਘੱਟ ਲੜਾਕੇ ਸੀ ਫਿਰ ਉਹਨਾਂ ਨੂੰ ਬਰੀਡ ਕਰ ਲਿਆ ਜਾਂਦਾ ਸੀ ਇਦਾਂ ਕਰਕੇ ਹੌਲੀ ਹੌਲੀ ਕਰਕੇ ਅਸੀਂ ਉਹਨਾਂ ਨੂੰ ਡੋਮੈਸਟਿਕੇਟ ਕਰ ਲਿਆ ਹੁਣ ਕਦੇ ਨਾ ਕਦੇ ਇਹ ਹੋਇਆ ਹੋਣਾ ਕਿ ਦੋ ਜੰਗਲ ਫਾਊਲ ਜਿਹੜੇ ਉਹਨਾਂ ਨੇ ਮੇਟ ਕੀਤਾ ਉਹਨਾਂ ਦਾ ਜਿਹੜਾ ਬੱਚਾ ਪੈਦਾ ਹੋਇਆ ਉਹ ਜੈਨੇਟਿਕਲੀ ਇੰਨਾ ਡਿਫਰੈਂਟ ਸੀਗਾ ਆਪਦੇ ਮਾਪਿਆਂ ਨਾਲੋਂ ਕਿ ਉਹਨੂੰ ਜੰਗਲ ਫਾਊਲ ਦੀ ਕੈਟਾਗਰੀ 'ਚ ਰੱਖਿਆ ਨਹੀਂ ਸੀ ਜਾ ਸਕਦਾ ਤੇ ਇਥੋਂ ਦੁਨੀਆ ਦਾ ਪਹਿਲਾ ਮੁਰਗਾ ਪੈਦਾ ਹੋਇਆ ਹੋਣਾ ਉਹ ਕਦੋਂ ਪੈਦਾ ਹੋਇਆ ਕਿਵੇਂ ਪੈਦਾ ਹੋਇਆ ਸਾਨੂੰ ਨਹੀਂ ਪਤਾ ਪਰ ਪੈਦਾ ਜ਼ਰੂਰ ਹੋਇਆ ਇਸੇ ਕਰਕੇ ਅੱਜ ਸਾਨੂੰ ਜੰਗਲ ਫਾਊਲ ਵੀ ਦਿਖਦੇ ਨੇ ਜੋ ਆਪਦੀ ਥਾਂ ਰਹਿ ਰਹੇ ਆ ਤੇ ਮੁਰਗੀਆਂ ਵੀ ਦਿਖਦੀਆਂ ਮੁਰਗੇ ਵੀ ਦਿਖਦੇ ਆ ਸਾਡੇ ਡੋਮੈਸਟਿਕੇਟਡ ਜੋ ਜਿਹਦੇ ਸਬੂਤ ਸਾਡੇ ਕੋਲੇ ਹੈਗੇ ਕਦੇ ਨਾ ਕਦੇ ਦੋ ਜੰਗਲ ਫਾਊਲਸ ਨੇ ਮੇਟਿੰਗ ਕੀਤੀ ਤੇ ਇਦਾਂ ਦਾ ਇੱਕ ਜੀਵ ਉਹਨਾਂ ਤੋਂ ਪੈਦਾ ਹੋ ਗਿਆ ਜੋ ਉਹਨਾਂ ਨਾਲੋਂ ਜੈਨੇਟਿਕਲੀ ਇੰਨਾ ਵੱਖਰਾ ਸੀ ਕਿ ਉਹਦੇ ਲਈ ਸੈਪਰੇਟ ਕੈਟਾਗਰੀ ਅੱਜ ਅਸੀਂ ਬਣਾ ਲਈ ਕਿ ਆਹ ਮੁਰਗਾ ਹੈ ਆਹ ਜੰਗਲ ਫਾਊਲ ਹੈ ਹੁਣ ਉਹ ਜਿਹੜਾ ਮੁਰਗਾ ਜਾਂ ਮੁਰਗੀ ਪੈਦਾ ਹੋਈ ਉਹ ਦੁਨੀਆ ਦੀ ਪਹਿਲੀ ਮੁਰਗਾ ਜਾਂ ਮੁਰਗੀ ਸੀ ਉਹ ਕਿਸ ਚੀਜ਼ ਤੋਂ ਪੈਦਾ ਹੋਈ ਅੰਡੇ ਤੋਂ ਪੈਦਾ ਹੋਈ ਤਾਂ ਇਸ ਸਵਾਲ ਦਾ ਜਵਾਬ ਕੀ ਹੈ ਅੰਡਾ ਪਹਿਲਾਂ ਆਇਆ ਮੁਰਗੀ ਜਾਂ ਮੁਰਗਾ ਬਾਅਦ ਚਾ ਹੈ ਤੁਸੀਂ ਕਹੋਗੇ ਲੇ ਤਾਂ ਠੀਕ ਨਹੀਂ ਲੱਗ ਰਿਹਾ ਕਿਉਂਕਿ ਉਹ ਅੰਡਾ ਵੀ ਤਾਂ ਕਿਤੋਂ ਆਇਆ ਲੇਕਿਨ ਉਹ ਮੁਰਗੀ ਤਾਂ ਨਹੀਂ ਆ ਉਹ ਜੰਗਲ ਫਾਉਲ ਤੋਂ ਆਇਆ ਕਿਸੇ ਨਾ ਕਿਸੇ ਪੁਆਇੰਟ ਤੇ ਜੈਨੇਟਿਕ ਡਿਫਰੈਂਸ ਪੈਦਾ ਹੋਇਆ ਇੰਨਾ ਕਿ ਜੰਗਲ ਫਾਉਲ ਦੀ ਕੈਟਾਗਰੀ ਤੋਂ ਇੱਕ ਨਵੀਂ ਕੈਟਾਗਰੀ ਪੈਦਾ ਹੋ ਗਈ ਠੀਕ ਇੱਕ ਵੱਖਰਾ ਰਸਤਾ ਲੰਘਿਆ ਮੁਰਗੀਆਂ ਦਾ ਮੁਰਗੀਆਂ ਦਾ ਇੱਕ ਆਪਣੀ ਪ੍ਰਜਾਤੀ ਪੈਦਾ ਹੋ ਗਈ ਜੇ ਤੁਸੀਂ ਇਸ ਚੀਜ਼ 'ਤੇ ਵਿਸ਼ਵਾਸ ਨਹੀਂ ਰੱਖਦੇ ਕਿ ਜੈਨੇਟਿਕ ਮਿਊਟੇਸ਼ਨ ਵਰਗੀ ਕੋਈ ਚੀਜ਼ ਹੁੰਦੀ ਹੈ ਤਾਂ ਮਾਫੀ ਚਾਹੂੰਗਾ ਤੁਹਾਨੂੰ ਥੋੜਾ ਜਿਹਾ ਵਿਗਿਆਨ ਪੜ੍ਹਨ ਦੀ ਲੋੜ ਹੈ ਜਦੋਂ ਕੋਈ ਬੱਚਾ ਬਿਨਾਂ ਲੱਤਾਂ ਬਾਹਾਂ ਤੋਂ ਪੈਦਾ ਹੋ ਜਾਂਦਾ ਹੈ ਜਾਂ ਹੋਰ ਕੋਈ ਨਾ ਕੋਈ ਉਹਦੇ ਅੰਦਰ ਜੈਨੇਟਿਕ ਡਿਫੈਕਟ ਆ ਜਾਂਦਾ ਉਹ ਵੀ ਜੈਨੇਟਿਕ ਮਿਊਟੇਸ਼ਨ ਹੀ ਹੁੰਦੀ ਹੈ ਕਈ ਵਾਰੀ ਜੈਨੇਟਿਕ ਮਿਊਟੇਸ਼ਨ ਡਿਸਐਡਵਾਂਟੇਜਿਅਸ ਹੁੰਦੀ ਹੈ ਜਿਵੇਂ ਕਿਸੇ ਦਾ ਹੈਂਡੀਕੈਪ ਹੋਣਾ ਕਈ ਵਾਰ ਐਡਵਾਂਟੇਜਿਅਸ ਹੁੰਦੀ ਹੈ ਜਿਵੇਂ ਮੁਰਗੇ ਮੁਰਗੀਆਂ ਦੇ ਮਾਮਲੇ 'ਚ ਰਿਹਾ ਹੁਣਾ ਤਾਂ ਹੀ ਉਹਨਾਂ ਦੀ ਜੋ ਪ੍ਰਜਾਤੀ ਅੱਜ ਤੱਕ ਜ਼ਿੰਦਾ ਹੈ ਤਾਂ ਸਵਾਲ ਇੰਡਾ ਪਹਿਲਾ ਆਇਆ ਮੁਰਗੀ ਜਾਂ ਮੁਰਗਾ ਬਾਅਦ ਚ ਆਇਆ ਹਨ ਜਿਹੜੀ ਹੈ ਉਹ ਬਾਅਦ ਚ ਆਈ ਲੇਕਿਨ ਅਮ ਸਵਾਲ ਇੰਨਾ ਸਿੱਧਾ ਨਹੀਂ ਸੀ ਹਨਾ ਕਿ ਆਪਾਂ ਸਿੰਪਲੀ ਇਹ ਜਵਾਬ ਦੇ ਸਕੀਏ ਕਿ ਇੰਡਾ ਪਹਿਲਾ ਆਇਆ ਜਾਂ ਮੁਰਗੀ ਪਹਿਲਾ ਆਈ ਹਾਂ ਜੇਕਰ ਆਪਣਾ ਜਵਾਬ ਬਰੌਡ ਹੋਵੇ ਤਾਂ ਫਿਰ ਤਾਂ ਇਹਦਾ ਬਹੁਤ ਹੀ ਆਸਾਨ ਜਵਾਬ ਸੀਗਾ ਜੇ ਆਪਾਂ ਸਿਰਫ ਇਹ ਜਾਨਣਾ ਚਾ ਰਹੇ ਹਾਂ ਵੀ ਅੰਡੇ ਪਹਿਲਾ ਆਏ ਕਿ ਮੁਰਗੀਆਂ ਪਹਿਲਾਂ ਆਈਆਂ ਤਾਂ ਅੰਡੇ ਹੀ ਪਹਿਲਾ ਹੈ ਇਸ ਸਮੇਂ ਜੋ ਸਕਰੀਨ ਤੇ ਤੁਸੀਂ ਤਸਵੀਰ ਦੇਖ ਰਹੇ ਹੋ ਤੇ ਅੱਜ ਦੇਖ ਸਕਦੇ ਹੋ ਕਿਹੜੇ ਜੀਵ ਸੀ ਜੋ ਮੁਰਗੀਆਂ ਦੇ ਆਉਣ ਤੋਂ ਹਜ਼ਾਰਾਂ ਸਾਲ ਪਹਿਲਾਂ ਆ ਚੁੱਕੇ ਸੀ ਧਰਤੀ ਤੇ ਤੇ ਆਲਰੇਡੀ ਅੰਡੇ ਦੇ ਰਹੇ ਸੀਗੇ ਤਾਂ ਅੰਡੇ ਪਹਿਲਾਂ ਆ ਚੁੱਕੇ ਸੀ ਬਟ ਸਵਾਲ ਆਪਣਾ ਇਹ ਸੀਗਾ ਕਿ ਮੁਰਗੀ ਪਹਿਲਾਂ ਆਈ ਕਿ ਮੁਰਗੀ ਦਾ ਅੰਡਾ ਤਾਂ ਸ਼ਾਇਦ ਅੰਡਾ ਪਹਿਲਾਂ ਆਇਆ ਇਹ ਕਹਿਣਾ ਹੀ ਠੀਕ ਰਹੂਗਾ ਉਮੀਦ ਕਰਦਾ ਅੱਜ ਦੀ ਵੀਡੀਓ ਤੁਹਾਨੂੰ ਇੰਟਰਸਟਿੰਗ ਲੱਗੀ ਹੋਊਗੀ ਕਨਫਿਊਜ਼ਿੰਗ ਨਹੀਂ ਲੱਗੀ ਹੋਣੀ ਮਿਲਦੇ ਆਂ ਅਗਲੀ ਵੀਡੀਓ 'ਚ